ਅੱਜ ਗੱਲ ਕਰਨੀ ਆਪਾਂ ਮਿਲਕ ਯਾਨੀ ਕਿ ਦੁੱਧ ਤੇ ਦੁੱਧ ਤੋਂ ਬਣੇ ਪ੍ਰੋਡਕਟਾਂ ਦਾ ਆਪਣੀ ਫਿਟਨੈਸ ਤੇ ਆਪਣੀ ਹੈਲਥ ਦੇ ਵਿੱਚ ਕੀ ਐਹਮੀਅਤ ਆ ਪਹਿਲਾਂ ਲੋਕ ਆਹੀ ਚੀਜ਼ਾਂ ਖਾਂਦੇ ਸੀ ਦੁੱਧ ਦਹੀਂ ਘਿਓ ਮੱਖਣ ਤਗੜੇ ਪਏ ਹੁੰਦੇ ਸੀ ਕੋਈ ਬਿਮਾਰੀ ਨਹੀਂ ਸੀਗੀ ਹੁਣ ਅੱਜ ਕੱਲ੍ਹ ਇਹ ਚੀਜ਼ਾਂ ਬੜੀਆਂ ਬਦਨਾਮ ਨੇ ਦੁੱਧ 'ਚ ਲੈਕਟੋਸ ਹੁੰਦੀ ਆ ਦੁੱਧ 'ਚ ਫੈਟ ਹੁੰਦੀ ਆ ਜੇਬੋ ਸਾਰੀ ਗੱਲ ਆਪਾਂ ਕਵਰ ਕਰਨੀ ਆ ਸੋ ਹੁਣ ਗੱਲ ਕਰਦੇ ਆ ਪਹਿਲਾਂ ਦੁੱਧ ਦੁੱਧ ਨਹੀਂ ਮਾੜਾ ਹੈਗਾ ਦੁੱਧ ਅੱਜ ਦਾ ਦੁੱਧ ਮਾੜਾ ਉਹ ਹੋਇਆ ਕਾ ਤੇ ਆਪਣੀ ਵਜਾ ਕਰਕੇ ਪਹਿਲਾਂ ਤਾਂ ਇੱਕ ਚੀਜ਼ ਦਾ ਮੈਂ ਇੱਕ ਪਹਿਲੀ ਗੱਲ ਕਵਰ ਕਰ ਦੇਣੀ ਚਾਹਣਾ ਤੁਹਾਡੇ ਨਾਲ ਮੈਂ ਮੈਂ ਐਸ ਦੇ ਦੁੱਧ ਦੀ ਗੱਲ ਨਹੀਂ ਕਰੂੰਗਾ ਗਾਂ ਦੇ ਦੁੱਧ ਦੀ ਗੱਲ ਕਰੂੰਗਾ ਕਿਉਂਕਿ ਜਿਹੜਾ ਗਾਂ ਦੇ ਦੁੱਧ 'ਚ ਜੈਲੋ ਪਦਾਰਥ ਹੁੰਦਾ ਉਹਦੇ ਆਪਾਂ ਨੂੰ ਬਹੁਤ ਜ਼ਿਆਦਾ ਬੈਨੀਫਿਟ ਨੇ ਜਿਹੜਾ ਜੈਲੋ ਰੰਗ ਹੁੰਦਾ ਹੁਣ ਗੱਲ ਮੇਨ ਆਉਂਦੀ ਆ ਉਹਨਾਂ ਦੀ ਖਰਾਕ ਆ ਬਦਲਤੀ ਆਪਾਂ ਜਿਹੜੀਆਂ ਗਾਈਆਂ ਨੇ ਉਹਨਾਂ ਦੀ ਨੇਚਰਲ ਖਰਾਕ ਆ ਗਰਾਸ ਖਾਣਾ ਹਰਾ ਖਾਣਾ ਆਪਾਂ ਕੀ ਕਰਤਾ ਉਹਨਾਂ ਨੂੰ ਗ੍ਰੀਨ ਪਾਉਣ ਲੱਗੇ ਦੁੱਧ ਦੀ ਆਊਟਪੁੱਟ ਲਈ ਦੁੱਧ ਵਧਾਉਣ ਲਈ ਜਾਫਰ ਪਹਿਲਾਂ ਦਾ ਟੀਕੇ ਵੀ ਲੱਗਣ ਲੱਗੇ ਸੀਗੇ ਉਹਨਾਂ ਨਾਲ ਉਹਨਾਂ ਦੇ ਦੁੱਧ ਦੇ ਵਿੱਚ ਨਿਊਟ੍ਰੀਸ਼ਨ ਘਟ ਗਈ ਹੁਣ ਜੇ ਤੁਹਾਡੀ ਕੋਈ ਗਾਂ ਬਿਮਾਰ ਵੀ ਹੁੰਦੀ ਆ ਤੁਸੀਂ ਦੇਖੋ ਡਾਕਟਰ ਕਹਿੰਦੇ ਨੇ ਇਹਦੀ ਫੀਡ ਬੰਦ ਕਰ ਦਿਓ ਕਿਉਂਕਿ ਉਹਨਾਂ ਦਾ ਮਿੱਦਾ ਉਹ ਖਾਣ ਨੂੰ ਬਣੀ ਹੀ ਹੈ ਨਹੀਂ ਜਦ ਕੋਈ ਵੀ ਆਪਣੇ ਇੰਡੀਆ ਦੇ ਵਿੱਚ ਵੀ ਪ੍ਰੋਬਲਮ ਆਉਂਦੀ ਆ ਬੱਕਰੀ ਦਾ ਦੁੱਧ ਕਿਉਂ ਕਹਿੰਦੇ ਨੇ ਕਿ ਬੱਕਰੀ ਦਾ ਦੁੱਧ ਦੋ ਕਿਉਂਕਿ ਬੱਕਰੀਆਂ ਚੀਜ਼ਾਂ ਖਾਂਦੀ ਨਹੀਂ ਹੈਗੀ ਮੈਂ ਵੀ ਇਥੇ ਬੱਕਰੀਏ ਦੁੱਧ ਪੀਣਾ ਜਿਹੜਾ ਵੀ ਦਿਨ ਚ 2 250 ਜਾਂ 300 ਐਮਐਲ ਪੀਣਾ ਜਾਂ ਫਿਰ ਗਰਾਸ ਫੀਡ ਪੀਣਾ ਕਿਉਂਕਿ ਇਹਨਾਂ ਦੇ ਦੁੱਧ ਵਿੱਚ ਇਮਿਊਨ ਬੂਸਟਿੰਗ ਕੰਪਾਊਂਡ ਹੁੰਦੇ ਨੇ ਐਂਟੀਆਕਸੀਡੈਂਟ ਇਹ ਤੋਂ ਦੁੱਧ ਤੋਂ ਉੱਤੇ ਕੋਈ ਪਾਵਰਫੁਲ ਚੀਜ਼ ਨਹੀਂ ਹੈਗੀ ਇੱਚ ਇਦਾਂ ਦੇ ਮੀਨੋ ਪਾਏ ਜਾਂਦੇ ਨੇ ਥੋੜੀ ਬਾਡੀ ਨੂੰ ਥੋੜੀ ਇਮਿਊਨਿਟੀ ਬੂਸਟ ਕਰਦੇ ਨੇ ਤੇ ਬਹੁਤ ਵਧੀਆ ਥੋੜੀ ਬਾਡੀ ਨੂੰ ਕੰਪਲੀਟ ਮੀਨੋ ਪ੍ਰੋਵਾਈਡ ਕਰਦੇ ਨੇ ਹੁਣ ਚੱਕਰ ਕੀ ਪੈ ਗਿਆ ਉਹ ਦੁੱਧੇ ਖੰਡਮ ਹੋ ਗਿਆ ਤੁਸੀਂ ਹੁਣ ਇਦਾਂ ਕਰੋ ਤੁਹਾਡੀਆਂ ਗਾਇਆਂ ਦੁੱਧ ਜ਼ਰੂਰ ਕੱਟਣਗੀਆਂ ਉਹਨੂੰ ਹਰਾ-ਜਾਰਾ ਪਾਓ ਫੀਡ ਨਹੀਂ ਪਾਉਣੀ ਫਿਰ ਜਿਹੜਾ ਦੁੱਧ ਦੇਣਗੇ ਉਹ ਤੋਂ ਪਾਵਰਫੁੱਲ ਕੋਈ ਚੀਜ਼ ਨਹੀਂ ਹੈਗੀ ਜਾਂ ਫਿਰ ਸਹੀਵਾਲ ਗਾਵਾਂਾਂ ਅੱਗੇ ਆਉਂਦੀ ਸੀ ਦੁੱਧ ਕੱਢ ਦਿੰਦੇ ਸੀ ਹੁਣ ਲੋਕ ਦੇਖੋ ਵੇਚਣ ਵਾਲਾ ਸਿਸਟਮ ਚੱਲ ਪਿਆ ਦੁੱਧ ਵੱਧ ਚਾਹੀਦਾ ਫੀਡ ਪਾਉਨੇ ਉਹ ਚੀਜ਼ ਚਾਹੀਦੀ ਆ ਕਿ ਆਉਟਪੁੱਟ ਵੱਧ ਹੋਵੇ ਹੁਣ ਬੇਬੁੱਢੀ ਨੇ ਵੀ ਕੋਈ ਗਰਾਸ ਫੀਡ ਨਹੀਂ ਆਉਂਦਾ ਉਹ ਵੀ ਐਦਾਂ ਦੇ ਗਾਂਆਂ ਦੇ ਮਿਲਕਾਂ ਤੋਂ ਬਣਦੇ ਨੇ ਹਰ ਇੱਕ ਬੰਦਾ ਚਾਹੁੰਦਾ ਕਿ ਦੁੱਧ ਦੀ ਮਿਲਕ ਦੀ ਆਉਟਪੁੱਟ ਹੋਵੇ ਅਸੀਂ ਪਨੀਰ ਵੇਚੀ ਅਸੀਂ ਮਲਾਈ ਵੇਚੀ ਅਸੀਂ ਦਹੀਂ ਵੇਚੀ ਅਸੀਂ ਮਿਲਕ ਵੇਚੀਏ ਕੋਈ ਨਹੀਂ ਬੰਦਾ ਚਾਹੁੰਦਾ ਕਿ ਕੋਈ ਵੀ ਇਹ ਚੀਜ਼ਾਂ ਗਰਾਸ ਫੀਡ ਹੋਣ ਕਿਉਂਕਿ ਫਿਰ ਕੱਟ ਦਿੰਦੀਆਂ ਨੇ ਔਖਾ ਕੰਮ ਆ ਹੁਣ ਇੱਕ ਚੀਜ਼ ਦੇਖੋ ਤੁਸੀਂ ਅੱਜਕੱਲ ਸੂਪਰ ਫੂਡ ਤੇ ਨੰਬਰ 1 ਚੀਜ਼ ਹੀ ਚੱਲ ਰਹੀ ਆ ਗਰਾਸ ਫੀਡ ਬਟਰ ਕਿਉਂ ਕੀਟੋ ਡਾਈਟ ਦੇ ਵਿੱਚ ਕੀਟੋ ਡਾਈਟ ਦੇ ਵਿੱਚ ਇੱਕ ਨੰਬਰ ਤੇ ਇਹ ਚੀਜ਼ ਆਉਂਦੀ ਆ ਕਿਉਂਕਿ ਸਾਰੇ ਫੈਟ ਸਾਲਵੇਬਲ ਵਿਟਾਮਿਨ ਨੇ ਬਹੁਤ ਪਾਵਰਫੁਲ ਚੀਜ਼ ਆ ਜੇ ਤੁਸੀਂ ਦਿਨ ਚ 200 250 ਦਾ 300 ਐਮਐਲ ਮਿਲਕ ਪੀਨੇ ਵੀ ਹੋ ਲਿਮਟ ਦੇ ਵਿੱਚ ਜਦੋਂ ਆਪਣੇ ਲੋਕ ਅੱਗੇ ਦਹੀਂ ਵੀ ਲੈਂਦੇ ਸੀ ਪਨੀਰ ਬਣਾਉਦੇ ਸੀ ਇਦਾਂ ਦੀਆਂ ਚੀਜ਼ਾਂ ਕਿਉਂਕਿ ਮੇਨ ਖਰਾਕ ਆਪਣੇ ਪੰਜਾਬੀਆਂ ਦੀ ਇਹ ਤਾਂ ਉਹ ਚੀਜ਼ਾਂ ਦੇ ਵਿੱਚ ਤੁਹਾਨੂੰ ਜਿਹੜੀ ਦੁੱਧ ਚ ਫੈਟ ਆਉਂਦੀ ਸੀ ਉਹ ਦੁੱਧ ਚੋਂ ਤੁਹਾਨੂੰ ਜਿਹੜੀ ਫੈਟ ਆਉਣੀ ਆ ਉਹ ਸੀਐਲਏ ਫੈਟ ਆ ਕੈਂਸਰ ਘਟਾਉਂਦੀ ਆ ਟੱਡ ਤੋਂ ਫੈਟ ਘਟਾਉਂਦੀ ਆ ਜਿਹੜੀ ਕਿਓ ਚੋਂ ਫੈਟ ਆਉਣੀ ਆ ਤੁਹਾਨੂੰ ਗਰਾਸ ਫੀਡ ਚੋਂ ਓਮੇਗਾ 3 ਫੈਟ ਆਉਂਦੀ ਆ ਜਿਹੜੀ ਕਿ ਸਭ ਤੋਂ ਤਕੜੀ ਐਸੈਂਸ਼ੀਅਲ ਫੈਟ ਆ ਆਪਣੇ ਲਈ ਕਿਉਂਕਿ ਹੁਣ ਆਪਣੇ ਲੋਕਾਂ ਨੂੰ ਇਹ ਚੀਜ਼ ਦਾ ਬਾਲੀ ਪਤਾ ਨਹੀਂ ਸੀਗੀ ਉਹ ਬਸ ਘਰ ਦੇ ਪੜਟ ਖਾਂਦੇ ਸੀ ਬਧੀਆਂ ਹੈਲਦੀ ਸੀਗੇ ਕਿਉਂਕਿ ਆਪਣੀ ਡਾਈਟ ਦੇ ਵਿੱਚ ਪ੍ਰੋਟੀਨ ਵੀ ਘੱਟ ਆ। ਬੇਬੁੱਡੀ ਨੂੰ ਕੋਈ ਆਪਣੇ ਘਰ ਦੇ ਲੈਂਦੇ ਨਹੀਂ। ਦਾਲਾਂ ਸਬਜ਼ੀ ਚੋਂ ਮਿਲਦਾ ਜਾਂ ਫਿਰ ਡੇਅਰੀ ਪ੍ਰੋਡਕਟ ਚੋਂ ਕੰਪਲੀਟ ਮਿਲਦਾ ਤੇ ਜਿਹੜੇ ਡੇਅਰੀ ਪ੍ਰੋਡਕਟ ਚੋਂ ਮੀਨਾ ਹੁੰਦੇ ਨੇ ਬੜੇ ਖਤਰਨਾਕ ਨੇ ਇਹ। ਬੜੀ ਘੈਂਟ ਚੀਜ਼ਾਂ ਨੇ ਇਹ। ਸੋ ਇੱਕ ਜੀ ਦੇਖੋ ਤੁਹਾਨੂੰ ਮੈਂ ਗਰਾਸ ਦੀ ਗੱਲ ਕਰੀ ਸੀ ਮੇਨ ਘਮਕੇ ਗੱਲ ਉੱਥੇ ਹੀ ਆਉਂਦੀ ਆ। ਜੇ ਮੰਨ ਲਓ ਹੁਣ ਕੁੱਤਾ ਵੀ ਬਿਮਾਰ ਹੁੰਦਾ ਤੁਸੀਂ ਦੇਖੋ ਉਹ ਕਾ ਖਾਂਦਾ ਜਾ ਕੇ। ਉਹ ਬੱਕਰੀਆਂ ਜਿਹੜਾਂ ਰਾਤ ਚਾਰਦੀ ਜਾਂਦੀਆਂ ਜਾਂ ਫਿਰ ਗਰਾਸਪੀਡ ਸਭ ਤੋਂ ਜ਼ਿਆਦਾ ਮਸ਼ਹੂਰ ਪ੍ਰੋਡਕਟ ਗਰਾਸਪੀਡ ਨਿਊਜ਼ੀਲੈਂਡ ਦੇ ਨੇ ਕਿਉਂਕਿ ਉੱਥੇ ਦੀ ਸੋਇਲ ਵਧੀਆ ਧਰਤੀ ਵਧੀਆ ਉੱਥੇ ਵਧੀਆ ਚਾਰਦੀਆਂ ਨੇ ਉਹ ਬਹੁਤ ਜ਼ਿਆਦਾ ਘਾਹ ਹੈ ਬੈਸਟ ਪ੍ਰੋਡਕਟ ਡੈਰੀ ਦੇ ਜਿੱਥੇ ਆਉਂਦੇ ਨੇ ਨਿਊਜ਼ੀਲੈਂਡ ਦੇ ਆਉਂਦੇ ਨੇ ਸੋ ਮੈਂ ਚਾਹਣਾ ਕਿ ਜਿਹੜੇ ਆਪਣੇ ਪੰਜਾਬ ਦੇ ਵਿੱਚ ਵੀ ਨੇ ਜਾਂ ਤੁਸੀਂ ਬਾਹਰੋਂ ਵੀ ਕੋਈ ਮਿਲਕ ਲੈਨੇ ਹੋ ਇੱਥੇ ਗਰਾਸਪੀਡ ਮਿਲਕ ਆਉਂਦੇ ਨੇ ਕਮ ਸੇ ਕਮ ਉਹੀ ਚੀਜ਼ ਆਪਾਂ ਯੂਜ਼ ਕਰੀਏ ਕਿਉਂਕਿ ਪੀਣਾ ਕੁਝ ਯਾਦ ਨਹੀਂ ਹੁੰਦਾ ਮੈਂ ਤੁਹਾਨੂੰ ਆਪਣਾ ਦੱਸ ਦਾਂ ਮੈਂ 250 300 ਇਨਕ 2 300 ਐਮਐਲ ਇਨਕ ਮਿਲ ਕੇ ਪੀਣਾ ਜਾਂ ਮੈਂ ਬੱਕਰੀ ਦਾ ਪੀਣਾ ਜਾਂ ਫਿਰ ਗਰਾਸਬੀਡ ਪੀਣਾ ਆਉਂਦਾ ਮਹੇਗਾ ਹਾਂ ਹੋ ਸਕਦਾ ਉਹ ਨਿਊਜ਼ੀਲੈਂਡ ਦੇ ਬਰਾਬਰ ਦਾ ਗਰਾਸਬੀਡ ਨਾ ਹੋਵੇ ਪਰ ਫਿਰ ਵੀ ਦੂਜੇ ਨਾਲੋਂ ਵਧੀਆ ਹੋਊਗਾ ਤੁਹਾਨੂੰ ਡੈਰੀ ਪ੍ਰੋਡਕਟਾਂ ਚੋਂ ਕੈਲਸ਼ੀਅਮ ਮਿਲਦਾ ਵਿਟਾਮਿਨ ਡੀ ਮਿਲਦਾ ਜੇ ਤੁਹਾਡੇ ਜਾਨਵਰਾਂ ਨੂੰ ਤੁੱਪ ਲੱਗਦੀ ਆ ਬੀਟਾ ਕੈਰੋਟਿਨ ਮਿਲਦਾ ਤੁਹਾਡੀਆਂ ਅੱਖਾਂ ਲਈ ਵਧੀਆ ਤਕੜੇ ਐਂਟੀਆਕਸੀਡੈਂਟ ਨੇ ਤੇ ਫਿਰ ਹੁਣ ਲੋਕ ਕਹਿੰਦੇ ਨੇ ਕਿ ਭਾਈ ਦੁੱਧ ਛੱਡ ਦਿਓ ਜੀ ਆਹ ਲੈ ਲਓ ਦੁੱਧ ਮਾੜੇ ਨੇ ਉਹ ਕਹਿੰਦੇ ਨੇ ਫੈਟ ਮਾੜੀ ਐ ਲੈਕਟੋ ਉਹ ਜਸਟ ਮਿਲਕ ਦੇ ਵਿੱਚ ਲੈਕਟੋਸ ਐਨਜ਼ਾਈਮ ਐਡ ਕਰ ਦਿੰਦੇ ਨੇ ਉਹਦੇ ਨਾਲ ਤੁਹਾਨੂੰ ਜਿਹਨੂੰ ਲੈਕਟੋਸ ਪ੍ਰੋਬਲਮ ਹੁੰਦੀ ਹੈ ਉਹ ਸਹੀ ਹੋ ਜਾਂਦੀ ਹੈ ਬਹੁਤ ਘੱਟ ਲੋਕਾਂ ਨੂੰ ਲੈਕਟੋਸ ਪ੍ਰੋਬਲਮ ਆ ਪਰ ਜੇ ਦੁੱਧ ਵਧੀਆ ਮੇਨ ਤਾਂ ਗੱਲ ਦੁੱਧ ਦੀ ਕੋਈ ਮਧੀਆ ਹੁਣ ਛੱਡ ਦਿੰਦੇ ਨੇ ਡੈਰੀ ਪ੍ਰੋਡਕਟ ਛੱਡ ਦਿੰਦੇ ਨੇ ਫੇਰ ਕਹਿੰਦੇ ਨੇ ਸਾਡਾ ਮਸਲ ਘਟ ਗਏ ਸਾਡਾ B12 ਲੋ ਹੋ ਗਿਆ ਪਲੈਂਟ 베ਸਡ ਡਾਈਟ ਤੇ ਆਉਂਦੇ ਨੇ ਜਾਂ ਕਿਉਂਕਿ ਮੋਸਟਲੀ ਜਿਹੜੇ ਪਿਓਰ ਉਹ ਵੈਜੀਟੇਰੀਅਨ ਬੰਦੇ ਨੇ ਉਹ ਮਿਲਕ ਦੇ ਡਿਪੈਂਡ ਰਹਿੰਦੇ ਨੇ ਮਿਲਕ ਦੇ ਪ੍ਰੋਡਕਟਾਂ ਤੇ ਫੇਰ ਜਦੋਂ ਸੁਣਦੇ ਨੇ ਆ ਚੀਜ਼ਾਂ ਦੁੱਧ ਮਾੜਾ ਦੁੱਧ ਉਕਾ ਚਾਰਦੀਆਂ ਨੇ ਤੁਹਾਨੂੰ ਤੁਹਾਨੂੰ ਪਲਾਂਟ ਬੇਸਡ ਡਾਈਟ ਤੋਂ ਉਹਨੇ ਨਿਊਟ੍ਰੀਅੰਟ ਨਹੀਂ ਮਿਲਣੇ ਜਿੰਨਾ ਤੁਹਾਨੂੰ ਗਾਈਆਂ ਨੇ ਹੁਣ ਦੇਖੋ ਕਾ ਖਾਣਾ ਉਹਨਾਂ ਦਾ ਡਾਈਜੈਕਸ਼ਨ ਸਿਸਟਮ ਐਦਾਂ ਦਾ ਬਣਿਆ ਹੁੰਦਾ ਉਹਨੂੰ ਗਾਲੀ ਕਰਦੇ ਨੇ ਉਹਨਾਂ ਨੂੰ ਫਰਮੈਂਟ ਕਰਦੇ ਨੇ ਉਹਨਾਂ ਤੋਂ ਅੱਗੇ ਵੀ ਮੈਂ ਤੁਹਾਨੂੰ ਗੱਲ ਕਰਦੀ ਸਾਰੇ ਤੱਤ ਲੈ ਲੈਂਦੀਆਂ ਨੇ ਤੇ ਥੋੜਾ ਮੇਹਦਾ ਚੀਜ਼ ਨੂੰ ਬਣਿਆ ਹੋਇਆ ਕਿ ਜਿਹੜੇ ਉਹਨਾਂ ਦੇ ਪ੍ਰੋਡਕਟ ਚੋਂ ਤੁਸੀਂ ਚੀਜ਼ ਲੈਨੇਸ ਨੂੰ ਸਿੱਧੀ ਬਣੀ ਬਣੀ ਆ ਜਾਂਦੀ ਹੈ ਕਿਉਂਕਿ ਤੁਸੀਂ ਪਾਲਕ ਖਾ ਕੇ ਪਾਲਕ ਚੋਂ ਉਨੀ ਨਿਊਟ੍ਰੀਸ਼ਨ ਨਹੀਂ ਲੈਣੀ ਹੈਗੀ ਜਿੰਨੀ ਉਹ ਚੀਜ਼ਾਂ ਗਾਂ ਖਾ ਕੇ ਆਪਾਂ ਨੂੰ ਸਿੱਧੀ ਦੁੱਧ ਦੇ ਪ੍ਰੋਡਕਟਾਂ ਤੋਂ ਦੋਊ ਤਾਂ ਮੈਂ ਕਹਿਣਾ ਹੁੰਦਾ ਕਿ ਉਹਨਾਂ ਦੀ ਡਾਈਟ ਉਹਨਾਂ ਨੂੰ ਦੋ ਤੇ ਦੁੱਧ ਦੇ ਪ੍ਰੋਡਕਟ ਕੋਈ ਮਾੜੇ ਨਹੀਂ ਜੇ ਆਮ ਘਰਾਂ ਦੇ ਵਿੱਚ ਯੂਜ਼ ਹੁੰਦੇ ਨੇ ਤੁਸੀਂ ਪਨੀਰ ਲੈ ਸਕਦੇ ਹੋ ਜੇ ਤੁਹਾਨੂੰ ਲੈਕਟੋਸ ਪ੍ਰੋਬਲਮ ਬਹੁਤ ਜ਼ਿਆਦੇ ਹਾਈ ਲੈਵਲ ਤੱਕ ਤਾਂ ਪਨੀਰ ਜਦੋਂ ਬਣਾਉਂਦੇ ਫਿਰ ਉਹ ਲੈਕਟੋਸ ਕਾਫੀ ਨਿਕਲ ਜਾਂਦੇ ਨੇ ਜਦੋਂ ਆਪਾਂ ਪਨੀਰ ਨੂੰ ਪਾੜਦੇ ਆ ਜਿਹੜਾ ਤਰਲ ਪਦਾਰਤ ਹੁੰਦਾ ਸੋ ਉਹ ਵੇ ਅੱਡ ਹੋ ਜਾਂਦਾ ਲੈਕਟੋਸ ਤੇ 슈ਗਰ ਅੱਡ ਹੋ ਜਾਂਦੀ ਆ ਉਹ ਲਈ ਤੁਹਾਡੇ ਕੋ ਕੈਸੀਨ ਪ੍ਰੋਟੀਨ ਜ਼ਿਆਦਾ ਰਹਿ ਜਾਂਦਾ ਤੇ ਹੈਲਦੀ ਫੈਟ ਰਹਿੰਦੀ ਆ ਜੇ ਦੁੱਧ ਵਧੀਆ ਸੋ ਕਹਿਣ ਦਾ ਮਤਲਬ ਜੇ ਤੁਸੀਂ ਨਾਰਮਲ ਲਾਈਫ 'ਚ ਦੇਖਣਾ ਤਾਂ ਦਹੀਂ ਹੈਲਦੀ ਆ ਗੁੱਡ ਬੈਕ ਤਾ ਫਿਰ ਦੇਸੀ ਕਿ ਉਹ ਤਾਂ ਗਰਾਸ ਫੀਡ ਹੈਗੀ ਟੌਪ ਤੇ ਆ ਉਹ ਕੀਟੋ ਡਾਈਟ ਵੀ ਟੌਪ ਤੇ ਚੱਲਦਾ ਉਹਦੇ ਵਰਗਾ ਮਤਲਬ ਉਹ ਵੀ ਸਮਝ ਲਓ ਕੋਈ ਫੂਡ ਇਹ ਨਹੀਂ ਹੈਗਾ ਉਹ ਮੰਨ ਦੇ ਪਰ ਗਰਾਸ ਫੀਡ ਹੋਵੇ 100% ਗਰਾਸ ਫੀਡ ਤੇ ਬਾਕੀ ਜਿਹੜਾ ਆਪਾਂ ਘਰੇ ਮਿਲਕ ਥੋੜਾ ਬਹੁਤਾ ਲਿਮਟ ਚ ਐਡ ਕਰ ਸਕਦੇ ਤੁਸੀਂ ਜਿਆਦਾ ਓਵਰ weight ਹੋ ਤੁਸੀਂ ਲਿਮਟ ਚ ਐਡ ਕਰ ਲਓ ਜੇ ਬਾਹਰਲੀਆ ਕੰਟਰੀ ਜੋ ਆਰਗੈਨਿਕ ਗਰਾਸ ਫੀਡ ਲੈ ਲਓ ਜੇ ਇੰਡੀਅਨ ਤਾਂ ਟਰਾਈ ਕਰੋ ਜੇ ਤੁਹਾਨੂੰ ਕਿਤੇ ਬੱਕਰੀਏ ਦੇ ਦੁੱਧ ਮਿਲਦਾ ਪੀਣਾ ਤਾਂ ਲਿਮਟ ਜਿਆ ਵੱੜਾ ਤਾਂ ਪੀਣਾ ਨਹੀਂ ਜਾਂ ਫੇ ਤੁਸੀਂ ਕਰਦੋ ਕਿ ਕਿਵਰ ਸ਼ਹਿਰਾਂ ਚ ਜਾਂਦਾ ਜਾਂਦਾ ਦੁੱਧ ਹੋਰ ਅੱਗੇ ਮਿਲਾਵਟ ਵਗੈਰਾ ਹੋ ਜਾਂਦੀ ਹੈ ਹੁਣ ਇਹ ਨਹੀਂ ਪਤਾ ਆਪਾਂ ਵੀ ਹੁੰਦੀ ਆ ਜਾਂ ਕਿੰਨੀ ਹੁੰਦੀ ਆ ਕਿੰਨੀ ਪਰਸੈਂਟ ਹੁੰਦੀ ਆ ਪਰ ਸ਼ਹਿਰਾਂ ਵਾਲੇ ਵੀ ਜੇ ਦੇਖਦੇ ਨੇ ਤਾਂ ਟਰਾਈ ਕਰੋ ਕਿ ਪਿੰਡਾਂ ਦੇ ਵਿੱਚੋਂ ਜਾਂ ਫੇਰ ਤੁਹਾਡਾ ਕੋਈ ਟਰਸਟ ਵਾਲੀ ਕੋਈ ਚੀਜ਼ ਹੋਵੇ ਉੱਥੋਂ ਦੁੱਧ ਬਾਏ ਕਰੋ ਕਿ ਤੁਹਾਨੂੰ ਸਿੱਧੀਆਂ ਉਹ ਚੀਜ਼ਾਂ ਵਧੀਆ ਮਿਲ ਜਾਣ ਤੇ ਫਿਰ ਤੁਸੀਂ ਥੋੜਾ ਬਹੁਤਾ ਜੇ ਮਿਲਕ ਦਾ ਪ੍ਰਾਈਸ ਵਧਾਉਣਾ ਵਧਾ ਲਓ ਦੈਟਸ ਓਕੇ ਤੁਸੀਂ ਗ੍ਰਾਸਫੀਡ ਲਿਖ ਦਿਓ ਜਾਂ ਫਿਰ ਤੁਸੀਂ ਕੁਝ ਵੀ ਆਰਗੈਨਿਕ ਲਿਖ ਦੋ ਤਾਂ ਪ੍ਰਾਈਸ ਵਧਾ ਦਿਓ ਮਿਲਕ ਦਾ ਅਗਲਾ ਲਊਗਾ ਲੈਂਦੀ ਨੇ ਲੋਕ ਹੁਣ ਇੱਥੇ ਗ੍ਰਾਸਫੀਡ ਪ੍ਰ ਇਹ ਚੀਜ਼ ਵਧੀਆ ਅਗਲਾ ਬਾਈ ਕਰਦਾ ਠੀਕ ਹੈ ਸੋ ਇਹ ਕੋਈ ਚੱਕਰ ਨਹੀਂ ਹੈਗਾ ਕਿ ਹਾਂ ਆਪਾਂ ਦੁੱਧ ਦੀ ਜਿਹੜੀ ਹੈਗੀ ਪ੍ਰੋਡਕਸ਼ਨ ਨੇ ਵਧਾਉਣੀ ਆ ਵੀ ਇਹਨਾਂ ਲੀਟਰ ਦੁੱਧ ਦਬੇ ਜਾ ਜੇ ਉਹ ਤੁਸੀਂ ਬਸ ਉਹਨਾਂ ਨੂੰ ਵਧੀਆ ਹਰਾਚਾਰਾ ਪਾਓ ਦੁੱਧ ਘੱਟ ਦੇਣੀਆਂ ਉਹਦੀ ਦੁੱਧ ਦੀ ਤੁਸੀਂ ਪ੍ਰਾਈਸ ਵਧਾ ਦਿਓ ਇਹੋ ਚੀਜ਼ ਹੁੰਦਾ ਉੱਥੇ ਗਰਾਸਫੀਡ ਚੀਜ਼ਾਂ ਮਹਿੰਗੀਆਂ ਨੇ ਗਰਾਸਫੀਡ ਚੀਜ਼ਾਂ ਜਾਂ ਬੱਕਰੀ ਦੇ ਪ੍ਰੋਡਕਟ ਤਾਂ ਹੀ ਮਹਿੰਗੇ ਨੇ ਕਿਉਂਕਿ ਮਿਲ ਕੇ ਘੱਟ ਦਿੰਦੀਆਂ ਨੇ ਪਰ ਕੁਆਲਿਟੀ ਵਧੀਆ ਹੁੰਦੀ ਆ ਸੋ ਦੋ ਗਰਾਸਫੀਡ ਨਾਲੋਂ ਤਾਂ ਵਧੀਆ ਇੱਕ ਪੀ ਲਓ ਬੈਸਟ ਤਾਂ ਹੋਵੇ ਸੋ ਆਹੀ ਸੀਗੀ ਜਿਹੜੀ ਮਿਲਕ ਕਿਉਂਕਿ ਮੇਨ ਆਪਣੀ ਜਿਹੜੀ ਡਾਈਟ ਆ ਪੰਜਾਬੀਆਂ ਦੀ ਇਹਦੇ ਆਲੇ ਦੁਆਲੇ ਘੁੰਮਦੀ ਆ ਮਿਲਕ ਦੇ ਪ੍ਰੋਡਕਟਾਂ ਦੇ ਆਲੇ ਦੁਆਲੇ ਸੋ ਮੈਂ ਕਿਹਾ ਚਲੋ ਤੁਹਾਡੇ ਨਾਲ ਇਹ ਟੌਪਿਕ ਆਪਾਂ ਸ਼ੇਅਰ ਕਰਨਾ ਬਣਦਾ ਤੇ ਹੁਣ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਦਿਸ ਇਜ਼ ਹਰੀ ਮੇਰ ਵਾਈ ਗਰੂ ਮੇਰ ਕਰੇ ਲਵ ਯੂ